ਜਦੋਂ ਘਰ ਦੇ ਵਿੱਚ ਬਿਮਾਰੀ ਆ ਜਾਵੇ ਤਾਂ ਵੱਡੇ ਵੱਡੇ ਘਰਾਂ ਦਾ ਸਮਾਂ ਪੁੱਠਾ ਪੈ ਜਾਂਦਾ ਹੈ ਤੇ ਜਦੋਂ ਘਰ ਦੇ ਵਿੱਚ ਘਰ ਦਾ ਮੁਖੀਆ ਹੀ ਬਿਮਾਰ ਪੈ ਜਾਵੇ ਜਿਸਨੇ ਘਰ ਦੇ ਵਿੱਚ ਕਮਾਈ ਕਰਨੀ ਹੈ ਜੋ ਘਰ ਦੇ ਵਿੱਚ ਕਮਾਈ ਦਾ ਜ਼ਰੀਆ ਹੈ ਤਾਂ ਉਸ ਘਰ ਦੇ ਕੀ ਹਾਲਾਤ ਹੋਣਗੇ ਅਜਿਹਾ ਹੀ ਇੱਕ ਪਰਿਵਾਰ ਹੈ ਇਹ ਬਟਾਲਾ ਦਾ ਜਿੱਥੇ ਘਰ ਦਾ ਮੁਖੀਆ ਸੁਖਵਿੰਦਰ ਸਿੰਘ ਜੋ ਕਿ ਗੰਭੀਰ ਬਿਮਾਰੀ ਦੇ ਨਾਲ ਪੀੜਿਤ ਹੈ ਉਸਨੇ ਦੱਸਿਆ ਕਿ ਇੱਕ ਦਿਨ ਅਚਾਨਕ ਕੰਮ ਕਰਦੇ ਸਮੇਂ ਉਸਦੇ ਲੱਕ ਤੇ ਐਸੀ ਸੱਟ ਵੱਜੀ ਕਿ ਮਣਕਿਆਂ ਦੀ ਦਿੱਕਤ ਹੋ ਗਈ ਜਿਸ ਤੋਂ ਬਾਅਦ ਮੁੜ ਉਹ ਠੀਕ ਨਹੀਂ ਹੋ ਪਾਇਆ ਪਰਿਵਾਰ ਦੇ ਵਿੱਚ ਦੋਵੇਂ ਪਤੀ ਪਤਨੀ ਸੀ ਪਤਨੀ ਰਾਜਵਿੰਦਰ ਕੌਰ ਖੇਤਾਂ ਦੇ ਵਿੱਚ ਦਿਹਾੜੀ ਲਗਾਉਣ ਲੱਗ ਪਈ ਪਰ ਉੱਥੇ ਵੀ ਪੱਕਾ ਕੰਮ ਨਹੀਂ ਕਦੇ ਦਿਹਾੜੀ ਮਿਲਦੀ ਹੈ ਤਾਂ ਕਦੇ ਨਹੀਂ ਜਿੱਥੇ ਇਸ ਪਰਿਵਾਰ ਲਈ ਦੋ ਟੁੱਕ ਦੀ ਰੋਜ਼ੀ ਰੋਟੀ ਜੋੜਨੀ ਮੁਸ਼ਕਿਲ ਹੋਈ ਹੈ ਉੱਥੇ ਹੀ ਸੁਖਵਿੰਦਰ ਸਿੰਘ ਦਾ ਇਲਾਜ ਵੀ ਮੁਸ਼ਕਿਲ ਹੋ ਗਿਆ ਹੈ ਘਰ ਦੀ ਹਾਲਤ ਵੀ ਖਸਤਾ ਹੈ ਅਤੇ ਛੱਤਾਂ ਵੀ ਬਾਲੇ ਦੀਆਂ ਨੇ ਇਹ ਵੀ ਡਰ ਰਹਿੰਦਾ ਹੈ ਕਿ ਕਦੇ ਮੀਂਹ ਹਨੇਰੀ ਦੌਰਾਨ ਘਰ ਦੇ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ ਪਰਿਵਾਰ ਹਰ ਸਮੇਂ ਡਰ ਡਰ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਕੀ ਕੁਝ ਕਹਿਣਾ ਹੈ ਇਸ ਪਰਿਵਾਰ ਦਾ ਆਹੋ ਸੁਣਦੇ ਹਾਂ ਕੀ ਨਾਮ ਤੁਹਾਡਾ ਸੁਖਵਿੰਦਰ ਸਿੰਘ ਹਾਲਾਤ ਇੱਦਾਂ ਜੀ ਮੇਰੇ ਲੱਕ ਸੱਟ ਲੱਗੀ ਹੋਈ ਹੈ ਅਤੇ ਅਸੀਂ ਦੋਵੇਂ ਜੀ ਮਤਲਬ ਕੰਮ ਕਰਦੇ ਹਾਂ ਦਿਹਾੜੀ ਵਿੱਚ ਮਹਾਂ ਰੋਟੀ ਦਾ ਗੁਜ਼ਾਰਾ ਹੁੰਦਾ ਆ ਮੇਰੇ ਕੋਲ ਕਿਸੇ ਵੇਲੇ ਕੰਮ ਹੁੰਦਾ ਆ ਕਿਸੇ ਵੇਲੇ ਨਹੀਂ ਹੁੰਦਾ ਬੜੀ ਔਖੀ ਗੱਲ ਹੈ ਇੱਦਾਂ ਜੀ ਕੀ ਪ੍ਰੋਬਲਮ ਹੈ ਤੁਹਾਡੇ ਲੱਕ ਮੇਰੇ ਲੱਕ ਦੀਆਂ ਮਣਕਿਆਂ ਦੀ ਪ੍ਰੋਬਲਮ ਹੈ ਜੀ ਹੁਣ ਥੋੜ੍ਹਾ ਬਹੁਤਾ ਛੋਟਾ ਕੋਈ ਕਿਸ ਪੱਠੇ ਵੱਢ ਦਿੱਤੇ ਜਾਂ ਕੁਛ ਕਰ ਦਿੱਤਾ ਇੱਦਾਂ ਹੌਲਾ ਜਿਹਾ ਕੰਮ ਮਤਲਬ ਕਰਦੇ ਹਾਂ ਉਹਦੇ ਨਾਲ ਗੁਜ਼ਾਰਾ ਹੁੰਦਾ ਨਹੀਂ ਜੀ ਹੁੰਦਾ ਅਸੀਂ ਦੋਵੇਂ ਜੀ ਕੰਮ ਕਰਦੇ ਹਾਂ ਮਹਾਂ ਦਾਲ ਫੁਲਕੇ ਦਾ ਗੁਜ਼ਾਰਾ ਜੀ ਬੜਾ ਮਾੜਾ ਹਾਲ ਹੈ ਜੀ ਬਾਰਿਸ਼ ਹੁੰਦੀ ਆ ਜੀ ਜਦੋਂ ਕਦੀ ਕਿਤੇ ਭਾਂਡਾ ਰੱਖੀਦਾ ਕਦੀ ਕਿਤੇ ਰੱਖੀਦਾ ਆ ਬੁਰੇ ਹਾਲਾਤ ਹੁੰਦੇ ਆ ਜੀ ਮਤਲਬ ਗੁਜ਼ਾਰਾ ਨਹੀਂ ਹੁੰਦਾ ਸ਼ਾਇਦ ਰੋਟੀ ਪਾਣੀ ਚੱਲਦਾ ਤੁਹਾਡਾ ਮਹਾਂ ਮਸ਼ਾਂ ਹੀ ਰੋਟੀ ਪਾਣੀ ਚੱਲਦਾ ਜੀ ਕੀ ਇੱਕ ਤੇਲ ਚੈੱਕ ਕਰਨਾ ਚਾਹੁੰਦੇ ਆ ਜੀ ਮਤਲਬ ਸਾਡੀ ਸੱਤ ਪੱਕੀ ਬਣ ਜੇ ਜੀ ਮਤਲਬ ਕੀਤੀ ਆ ਕੀ ਨਾਮ ਜੀ ਰਜਵਿੰਦਰ ਕੌਰ ਕੀ ਕਰਦੇ ਹੋ ਇੱਦਾਂ ਬਾਹਰ ਅੰਦਰ ਦਾ ਦਿਹਾੜੀ ਧਪਾਈ ਮਾਰ ਕਰਦੇ ਆ ਘਰ ਵਾਲਾ ਵੀ ਉਹ ਵੀ ਇਦਾਂ ਬਾਹਰ ਦਾ ਜੇ ਕੰਮ ਮਿਲ ਗਿਆ ਤੇ ਕਰ ਲਿਆ ਠੀਕ ਨਹੀਂ ਰਹਿੰਦੇ ਕੀ ਪ੍ਰੋਬਲਮ ਉਹਨਾਂ ਨੂੰ ਲੱਕ ਦੀ ਪ੍ਰੋਬਲਮ ਆ ਘਰ ਦਾ ਗੁਜ਼ਾਰਾ ਫਿਰ ਕਿੱਦਾਂ ਇਦਾਂ ਹੀ ਮਾੜੀ ਮੋਟੀ ਜੇ ਦਿਹਾੜੀ ਲੱਗ ਗਈ ਆ ਤੇ ਹੋ ਗਿਆ ਨਹੀਂ ਤੇ ਬੈਠੇ ਰਹੇ ਉਦਾਂ ਹੀ ਤੇ ਘਰ ਨਹੀਂ ਜੀ ਬੱਚੇ ਨਹੀਂ ਹੈਗੇ ਕਿੱਦਾਂ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਘਰ ਦਾ ਗੁਜ਼ਾਰਾ ਇਦਾਂ ਹੀ ਚੱਲਦਾ ਵਾ ਟਾਈਮ ਪਾਸ ਹੁੰਦਾ ਦਿਹਾੜੀ ਦਿਹੁੜੀ ਕਰ ਲਈਦੀ ਆ ਜੇ ਕੰਮ ਮਿਲ ਗਿਆ ਤੇ ਕਰ ਲਿਆ ਜੇ ਨਹੀਂ ਮਿਲਿਆ ਤੇ ਨਹੀਂ ਕਿੰਨੀ ਦਿਹਾੜੀ ਲੈਂਦੇ ਅਸੀਂ 140 240 ਤੇ ਘਰ ਵਾਲਾ ਤੇ ਬਿਮਾਰ ਹਾਂਜੀ ਤੇ ਫਿਰ ਘਰ ਦਾ 240 ਨਾਲ ਚੱਲ ਜਾਂਦਾ ਕਿਸੇ ਵੇਲੇ ਬਾਰਿਸ਼ ਆ ਜਾਂਦੀ ਹੈ ਹਾਂਜੀ ਬਾਰਿਸ਼ ਆ ਜਾਂਦੀ ਹੈ ਫਿਰ ਜੇ ਹੁੰਦੇ ਆ ਕੋਲ ਤੇ ਕਰ ਲਈਦਾ ਗੁਜ਼ਾਰਾ ਜੇ ਨਹੀਂ ਹੁੰਦੇ ਤੇ ਫਿਰ ਨਹੀਂ ਕਰੀਦਾ ਇਸ ਤਰ੍ਹਾਂ ਛੱਤਾਂ ਤੁਹਾਡੀ ਹਾਂਜੀ ਬੜਾ ਚੌਂਦੀ ਚਾਂਦੀ ਆ ਫਿਰ ਕਦੀ ਕੋਈ ਭਾਂਡਾ ਰੱਖੀਦਾ ਕਦੀ ਕੋਈ ਭਾਂਡਾ ਕਿਤੇ ਰੱਖੀਦਾ ਕਿੰਨੀ ਕੁ ਦੇਰ ਆਦਾ ਭਾਂਡੇ ਰੱਖਦੇ ਰਹੋਗੇ ਉਹ ਫਿਰ ਜਿੰਨਾ ਚਿਰ ਰੱਖੇ ਗਏ ਰੱਖੇ ਪੈਣੇ ਆ ਜੇ ਕੋਲ ਹੋਣਗੇ ਪੈਸੇ ਤੇ ਬਣਾ ਲਾਂਗੇ ਦਿਹਾੜੀ ਟੱਪਾ ਤੇ ਜਾਂ ਗੋਡੀ ਕਰ ਲਈ ਸਬਜ਼ੀ ਲਾ ਲਈ ਤੋੜ ਲਈ ਇਹੀ ਆ ਕੰਮ ਮਿਰਚਾਂ ਤੋੜ ਲਈਆਂ ਜਾਂ ਕਿੱਦਾਂ ਹਾਂਜੀ ਟਾਈਮ ਪਾਸ ਹੋ ਜਾਂਦਾ ਮਾੜਾ ਮੋਟਾ ਕਦੀ ਤੇ ਦੁੱਧ ਤੋਂ ਵੀ ਬੈਠ ਰਹੀਦਾ ਵੀ ਪੈਸਾ ਹੁੰਦਾ ਨਹੀਂ ਕੋਲ ਤੇ ਲਿਆਉਣਾ ਕਿੱਦਾਂ ਵਾਹਵਾ ਚਿਰ ਹੋ ਗਿਆ ਜਦੋਂ ਸੱਟ ਲੱਗੀ ਹੈ ਨਾ ਉਹਦੇ ਕੋਲ ਕੰਮ ਹੁੰਦਾ ਹੀ ਨਹੀਂ ਹੈ ਸੱਟ ਕਿੱਦਾਂ ਲੱਗੀ ਸੱਟ ਡਿੱਗ ਪਏ ਸੀ ਇੱਦਾਂ ਕੰਮ ਕਰਦੇ ਜਾਂਦੇ ਡਿੱਗ ਪਏ ਸੀ ਹੁਣ ਕੀ ਮਦਦ ਦੀ ਗੁਹਾਰ ਲਗਾਉਂਦੇ ਹੋ ਦਰਸ਼ਕਾਂ ਨੂੰ ਦਰਸ਼ਕਾਂ ਕੋ ਜੋ ਹੁੰਦਾ ਇਲਾਜ ਕਰਾ ਲਈਦਾ ਨਹੀਂ ਤੇ ਨਹੀਂ ਨਹੀਂ ਘਰ ਹੈਲਪ ਕੀ ਮੰਗਦੇ ਹੋ ਤੁਸੀਂ ਹੈਲਪ ਮੰਗਦੇ ਆ ਵੀ ਆ ਮਤਲਬ ਵੀ ਸਾਡਾ ਕਮਰਾ ਬਣ ਜੇ ਜਾਂ ਕੋਈ ਨਾ ਕੋਈ ਦੇ ਦੇ ਸਾਨੂੰ ਤੇ ਕੰਮ ਆਪਣਾ ਕਮਰਾ ਬਣਾ ਲਈਏ ਹਾਂਜੀ ਕੋਈ ਕੰਮ ਹੀ ਇੱਦਾਂ ਦਾ ਮਿਲ ਜੇ ਵੀ ਕੰਮ ਮਿਲ ਜੇ ਤੇ ਆਪਣਾ ਅਸੀਂ ਬਣਾ ਲਈਏ ਹਾਂਜੀ ਹਾਲਾਤ ਮਾੜੇ ਹਾਂਜੀ 240 ਰੁਪਈਏ ਦਿਹਾੜੀ ਲੈਂਦੀਆਂ ਤੇ ਸਵੇਰ ਤੋਂ ਆਉਂਦੀਆਂ ਤੇ ਸ਼ਾਮ ਨੂੰ ਜਾਂਦੀਆਂ ਵਿਚਾਰੀਆਂ ਗਰਮੀ 'ਚ ਇੱਥੇ ਖੇਤੀ ਬਾੜੀ ਸਬਜ਼ੀ ਤੋੜਦੀਆਂ ਹਾਂਜੀ ਕਰੀ ਦੀ ਆ ਜਿਹਨੇ ਜਿਹਨੇ ਜੋਗੇ ਆਉਣੇ ਉਹਨੇ ਜੋਗੇ ਕਰਦੀ ਦੀ ਆ ਕਿਉਂ ਕਿਸਾਨ ਜੇ ਕਿੰਨਾ ਕੁ ਬਚਦਾ ਕਿੰਨਾ ਕੁ ਬਚਦਾ ਵਾ ਓਨਾ ਕੁ ਉਹ ਦਈਦਾ ਵਾ ਜੋ ਬਚਦਾ ਜੋ ਠੀਕ ਆ ਉਹ ਦਈਦਾ ਵਾ ਜੋ ਜਿੰਨਾ ਕੁ ਸਰੀਦਾ ਵਾ ਉਹ ਸਭ ਕੁਝ ਕਰੀਦਾ ਜੀ ਦਸਮਰ ਨਿਊਜ਼ ਦੇ ਲਈ ਬਟਾਲਾ ਤੋਂ ਵਿੱਕੀ ਮਲਿਕ ਦੀ ਰਿਪੋਰਟ